ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਵਾਰੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਸਰਕਾਰ ਨੇ 2014 ਤੋਂ ਹੁਣ ਤੱਕ ਸ਼ਹਿਰਾਂ ਵਿੱਚ ਬਦਲਾ ਲਈ 18 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਉਹਨਾਂ ਜਾਣਕਾਰੀ ਨਵੀਂ ਦਿੱਲੀ ਵਿੱਚ ਸਲਾਣਾ ਭਾਰਤ ਦੇ ਸਰਵੇਖਣ ਦੇ ਸ਼ਹਿਰ ਪ੍ਰਣਾਲੀ ਬਾਰੇ ਰਿਪੋਰਟ ਦੇ 6ਵੇਂ ਸੰਸਕਰਣ ਨੂੰ ਜਾਰੀ ਕਰਦਿਆਂ ਦਿੱਤੀ ਹੈ। ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਪਾਰਤੀ ਸ਼ਹਿਰਾਂ ਨੂੰ ਚੁਣੌਤੀ ਦੀ ਬਜਾਏ ਮੌਕੇ ਵਜੋਂ ਪੇਸ਼ ਕਰ ਰਹੀ ਹੈ। ਸ਼ਹਿਰ ਆਰਥਿਕ ਵਿਕਾਸ ਤੇ ਨਵੀਨਤਾ ਦੇ ਕੇਂਦਰ ਹੁੰਦੇ ਨੇ ਅਤੇ ਇੱਕ ਦੇਸ਼ ਦੀ ਆਰਥਿਕ ਤਰੱਕੀ ਸ਼ਹਿਰਾਂ ਦੀ ਉਤਪਾਦਕਤਾ ਵਿੱਚ ਹੁੰਦੀ yeah